हाँ जी, सत श्रीकाल जी, कुलविंदर बोल रहे हैं जगबाणी टीवी तो। ਸਤਿ ਸ਼੍ਰੀ ਅਕਾਲ ਜੀ। रणदीप सिंह बोलते पे हो? ਹਾਂ ਜੀ ਹਾਂ ਜੀ ਭਾਈ ਜੀ ਮੈਂ ਰਣਦੀਪ ਸਿੰਘ ਗੱਲ ਕਰ ਰਿਹਾ ਜੀ। ਨਹੀਂ, ਸਿਮਰਨਜੀਤ ਸਿੰਘ ਮਾਨ ਦੇ ਨਾਲ ਹੀ ਹੋ ਤੁਸੀਂ ਇਸ ਟਾਈਮ? ਹਾਂ ਜੀ ਹਾਂ ਜੀ। ਹਾਂ ਜੀ, ਮੈਂ ਕਿਹਾ ਐਮਪੀ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ, ਤੁਸੀਂ ਉਹਨਾਂ ਦੇ ਨਾਲ ਹੀ ਹੋ ਇਸ ਟਾਈਮ? ਹਾਂ ਜੀ ਹਾਂ ਜੀ ਮੈਂ ਉਹਨਾਂ ਦਾ ਸੈਕਟਰੀ ਗੱਲ ਕਰ ਰਿਹਾ ਜੀ। ਜੀ ਰਣਦੀਪ ਜੀ, ਕੱਲ ਲਖਨ ਬਾਰਡਰ ਤੇ ਹੈਗੇ। अच्छा, ते कल तुहानू रोकिया गया सीगा, सिमरनजीत सिंह मान नू रोकिया गया सीगा, ते हुण मौजूदा हालात की ने, की रणनीति अपनाई जा रही है? मौजूदा हालात भाई जी, मान साहब जम्मू कश्मीर जाना चाहुंदे सी, उहनां दा कश्मीर दौरा फिक्स होया सी, इहनां ने अग्गे संगतां नू मिलण लई जाणा सी, पर इत्थे बॉर्डर दे उत्ते रात काफी फोर्स दे नाल इकदम इहनां नू रोक लिया गया कि तुहाडी एंट्री अंदर नहीं हो सकदी, ते वजह दित्ती गई कि तुसीं इत्थे सेफ नहीं हो। ਮਾਨ ਸਾਹਿਬ ਨੇ ਲਿਖਤੀ ਆਰਡਰ ਵਗੈਰਾ ਮੰਗੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਧਾਰਾ 144 ਦੇ ਦਿੱਤੀ। ਮਾਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਇਕੱਲੇ ਚੱਲ ਜਾਣਾ, ਕਿਉਂਕਿ ਧਾਰਾ 144 ਦੇ ਅਧੀਨ ਤਾਂ ਇਹ ਹੁੰਦਾ ਕਿ 5 ਬੰਦਿਆਂ ਤੋਂ ਜ਼ਿਆਦਾ ਨਹੀਂ ਜਾ ਸਕਦੇ। ਹਾਂਜੀ, ਸੋ ਮੈਂ ਇੱਦਾਂ ਕਰਦਾ ਇਕੱਲੇ ਚੱਲ ਜਾਣਾ ਜੀ, ਪਰ ਉਹਨਾਂ ਨੇ ਉਹ ਵੀ ਸਾਨੂੰ ਅਲਾਓ ਨਹੀਂ ਕੀਤਾ ਜੀ। ਕੀ ਜਿਹੜਾ ਕਾਰਨ ਹੈਗਾ ਉਹ ਸੇਫ ਨਹੀਂ ਹੈਗੇ, ਕੀ ਮਤਲਬ ਸਮਝੀਏ ਇਹਦਾ, ਕਿ ਵੀ ਉਹਨਾਂ ਤੇ ਕੋਈ ਹਮਲਾ ਹੋ ਸਕਦਾ ਜਾਂ ਕੋਈ ਉੱਥੋਂ ਦੇ ਹਾਲਾਤ ਬਦਲ ਸਕਦੇ ਨੇ, ਕੀ ਹੋ ਸਕਦਾ? ਬਾਈ ਜੀ, ਤਾਂ ਐਡਮਿਨਿਸਟ੍ਰੇਸ਼ਨ ਦੱਸ ਸਕਦੀ ਹੈ ਕਿ ਅਸਲ ਉਹ ਕੀ ਸੋਚ ਰਹੇ ਹੈ। ਜੋ ਮਾਸਾ ਹੈਗਾ ਪਿਛਲੇ ਦਿਨ ਹੀ ਚੀਫ ਕਿਹੜਾ ਦੇ ਸਕਦੇ ਹੋ, ਕੋਈ ਵੀ ਜਾ ਸਕਦਾ, ਟੂਰਿਸਟ ਜਾ ਸਕਦਾ, ਉੱਥੇ ਸਾਰਾ ਅਮਨ ਚੈਨ ਹੈ, ਪਰ ਹੁਣ ਤੁਹਾਡੇ ਸਾਹਮਣੇ ਨਹੀਂ ਉਹਨਾਂ ਨੂੰ ਇੱਕ ਮੈਪ ਪਾਰਲੀਮੈਂਟਰੀ ਜਾਣ ਦਾ ਜਾ ਰਿਹਾ, ਸੋ ਕੁਝ ਤਾਂ ਸਹੀ ਨਹੀਂ ਆ ਉੱਥੇ। ਹੁਣ ਮੰਗ ਕੀ ਆ ਮਾਨ ਸਾਹਿਬ ਦੀ, ਕਿ ਵੀ ਉਹ ਦੁਬਾਰਾ ਉੱਥੇ ਜਾਣਾ ਚਾਹੁੰਦੇ ਨੇ, ਅੱਗੇ ਵਧਣਾ ਚਾਹੁੰਦੇ ਨੇ ਜਾਂ ਵਾਪਸ ਆਉਣਗੇ, ਕੀ ਮੰਗ ਹੈਗੀ ਉਹਨਾਂ ਦੀ? ਜਿੱਥੇ ਉਹਨਾਂ ਨੂੰ ਰੋਕਿਆ ਗਿਆ ਉੱਥੇ ਡਟੇ ਕਿ ਮੈਂ ਅੱਗੇ ਹੀ ਜਾਣਾ, ਪਿੱਛੇ ਮੈਂ ਜਾਣਾ। ਤੇ ਹੁਣ ਤੁਸੀਂ ਲਖਨਪੁਰ ਬਾਰਡਰ ਤੇ ਖੜੇ ਹੋ? ਹਾਂ ਜੀ, ਇਸ ਟੀਮ ਤੋਂ ਵੀ ਖੜੀ ਹਾਂ ਜੀ। ਤੇ ਜਾਣਾ ਇਹਨਾਂ ਨੇ ਅੱਗੇ ਵਧਣਾ ਸੀਗਾ ਕਠੂਆ ਵੱਲ? ਹਾਂ ਜੀ, ਕਠੂਆ ਤੇ ਜੰਮੂ ਦੇ ਪ੍ਰੋਗਰਾਮ ਸੀਗੇ ਜੀ ਅੱਜ ਦੇ ਜੀ। ਹੁਣ ਦੁਬਾਰਾ ਜਿਹੜੀ ਬੇਨਤੀ ਆ ਪ੍ਰਸ਼ਾਸਨ ਨੂੰ ਉੱਥੋਂ ਦੇ ਨੂੰ ਜਿਹੜੀ ਕੀਤੀ ਗਈ ਆ, ਕਿੰਨੇ ਵਜੇ ਕੀਤੀ ਸੀ ਤੇ ਉਸ ਦਾ ਕੋਈ ਰਿਸਪੌਂਸ ਆਇਆ, ਅੱਗੇ ਜਾਣ ਦਿੱਤਾ ਜਾਊਗਾ ਜਾਂ ਨਹੀਂ ਜਾਣ ਦਿੱਤਾ ਜਾਊ? ਪ੍ਰਸ਼ਾਸਨ ਨੇ ਪ੍ਰਸ਼ਾਸਨ ਕੀਤੀ ਕਿ ਤੁਸੀਂ ਪਿੱਛੇ ਚਲੇ ਜਾਓ, ਮੈਂ ਕਿਹਾ ਕਿ ਮੈਂ ਪਿੱਛੇ ਜਾਣ ਦਾ ਨਹੀਂ ਆਇਆ, ਪਰ ਮੈਂ ਇੱਥੇ ਤੱਕ ਆ ਗਿਆ, ਸੋ ਇੱਥੇ ਤਾਂ ਮੱਕੂੰਗਾ, ਮੈਂ ਅੱਗੇ ਜਾਣਾ। ਰਿਪੀਟ ਕਰ ਦਿਓ, ਪ੍ਰਸ਼ਾਸਨ ਦੀ ਗੱਲ ਰਿਪੀਟ ਕਰ ਦਿਓ, ਆਵਾਜ਼ ਕੱਟੀ ਗਈ ਹੈ, ਪ੍ਰਸ਼ਾਸਨ ਨੇ ਕੀ ਕਿਹਾ? ਪ੍ਰਸ਼ਾਸਨ ਜਦੋਂ ਕੱਲ ਪ੍ਰਸ਼ਾਸਨ ਦੁਆਰਾ ਮਾਨ ਸਾਹਿਬ ਨੂੰ ਰੋਕਿਆ ਗਿਆ ਜੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਮੈਂ ਮਾਨ ਸਾਹਿਬ ਨੂੰ, ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਪਿੱਛੇ ਚੱਲ ਜਾਓ, ਤੁਸੀਂ ਅੱਗੇ ਨਾ ਜਾਓ, ਅੱਗੇ ਤੁਸੀਂ ਸੁਰੱਖਿਅਤ ਨਹੀਂ ਹੋ। ਮਾਨ ਸਾਹਿਬ ਨੇ ਕਿਹਾ ਕਿ ਮੈਂ ਪਿੱਛੇ ਜਾਣ ਲਈ ਨਹੀਂ ਆਇਆ, ਮੈਂ ਤਾਂ ਜਾਣਾ ਤਾਂ ਮੈਂ ਅੱਗੇ ਹੀ ਆ, ਮੈਂ ਆਪਣੇ ਸਿੱਖ ਭਰਾਵਾਂ ਨੂੰ ਮਿਲਣਾ ਚਾਹੁੰਦਾ ਜਿਹੜੇ ਕਸ਼ਮੀਰ ਚ ਵੱਸਦੇ ਆ, ਤੇ ਮੈਂ ਹਾਲ ਚਾਲ ਜਾਣਨਾ ਚਾਹੁੰਦਾ ਸਾਰਿਆਂ ਦਾ, ਮੈਂ ਬਹੁਤ ਟਾਈਮ ਤੋਂ ਜਾ ਨਹੀਂ ਸਕਿਆ, ਇਹ ਅੱਜ ਨੀ ਇਹਨਾਂ ਨਾਲ ਤੀਜੀ ਵਾਰ ਅੱਗੇ ਉਹਨਾਂ ਨੂੰ ਦਿੱਤਾ ਗਿਆ ਇਸ ਬੋਰਡ ਤੇ। ਬਹੁਤ ਪ੍ਰਸ਼ਾਸਨ ਲਗਾਤਾਰ ਲੀਗਲ ਕੋਈ 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 ਜਿਹੜਾ ਤਰਕ ਦਾ ਜਵਾਬ ਨਹੀਂ ਹੈ, ਉਹ ਸਿਰਫ ਸੋਰੀ ਮੰਗ ਦਿੰਦੇ ਆ ਤੇ ਕਹਿੰਦੇ ਆ ਕਿ ਤੁਸੀਂ ਵਾਪਸ ਚਲੇ ਜਾਓ। ਹੁਣ ਕੀ ਹਾਲਾਤ ਨੇ ਉੱਥੋਂ ਦੇ, ਇਹ ਸਮਝੀਏ ਕਿ ਉੱਥੇ ਧਰਨਾ ਲਗਾ ਦਿੱਤਾ ਵਾ ਮਾਨ ਸਾਹਿਬ ਨੇ, ਵੀ ਉਹਨਾਂ ਦੀ ਆਪਣੀ ਹੈਗੀ ਕਿ ਵੀ ਮੈਂ ਅੱਗੇ ਜਾਣਾ ਚਾਹੁੰਦਾ? ਨਹੀਂ ਕਹਿ ਸਕਦੇ ਉਹਨਾਂ ਦੀ ਕੋਈ ਮੰਗ ਕਿ ਅਸੀਂ ਅੱਗੇ ਜਾਣਾ, ਤੇ ਅਸੀਂ ਕੋਰਟ ਦੇ ਵਿੱਚ ਕੀਤਾ ਹੈ, ਅੱਜ ਇੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤੇ ਕੋਰਟ ਇਸ ਦਾ ਜਵਾਬ ਦੇਵੇ, ਜਦੋਂ ਕਿ ਮਾਨ ਸਾਹਿਬ ਨੂੰ ਡਿਸਟ੍ਰਿਕਟ ਅਥਾਰਟੀ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਸੀ ਕਿ ਉਹ ਆ ਸਕਦੇ ਨੇ ਤੇ ਆ ਇਹਨਾਂ ਦੇ ਪ੍ਰੋਗਰਾਮ ਹੋਣਗੇ, ਪਰ ਉਹ ਨਹੀਂ ਪੂਰ ਕਰਨ ਦਿੱਤੇ, ਸੋ ਕੋਰਟ ਦੇਵੇ। ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ। ਅੱਛਾ, ਮੈਂ ਕਨਫਰਮ ਕਰਨਾ ਚਾਹੁੰਦਾ ਸੀਗਾ, ਇੱਥੋਂ ਪੰਜਾਬ ਤੋਂ ਵੀ ਹੋਰ ਕੋਈ ਜੱਥੇ ਇੱਧਰ ਰਵਾਨਾ ਹੋਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਪੰਜਾਬ ਤੋਂ ਇਸ ਤਰ੍ਹਾਂ ਦੀ ਅਸੀਂ ਕਾਲ ਕੋਈ ਨਹੀਂ ਦਿੱਤੀ। ਠੀਕ ਹੈ ਠੀਕ ਹੈ ਠੀਕ ਹੈ, ਲੱਗਦਾ ਕੋਈ ਸਹਿਮਤੀ ਬਣ ਸਕਦੀ ਹੈ ਜਾਂ ਫਿਰ ਵਾਪਸ ਹੀ ਆਉਣਾ ਪਊਗਾ? ਬਾਈ ਜੀ, ਇਸ ਚੀਜ਼ ਦਾ ਆਈਡੀਆ ਕੋਈ ਨਹੀਂ, ਤਾਂ ਕੋਰਟ ਤੇ ਐਡਮਿਨਿਸਟ੍ਰੇਸ਼ਨ ਫੈਸਲਾ ਕਰੂਗੀ ਕਿ ਕੀ ਕਰਨਾ ਇਸ ਚੀਜ਼। ਅਸੀਂ ਤਾਂ ਸਿਰਫ ਅੱਗੇ ਜਾਣ ਲਈ ਆਏ ਹਾਂ, ਅਸੀਂ ਨਾ ਪਿੱਛੇ ਜਾਣ ਲਈ ਨਾ ਇੱਥੇ ਮੋਰਚਾ ਲਾਉਣ ਲਈ ਆਏ।